ਪਾਕਿਸਤਾਨ ਦੇ ਵਿੱਚ ਇੱਕ ਹੋਰ ਅੱਤਵਾਦੀ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਖਬਰਾਂ ਮੁਤਾਬਕ ਲਸ਼ਕਰ-ਏ ਤੋਇਬਾ ਦੇ ਅੱਤਵਾਦੀ ਅਬਦੁੱਲਾ ਸ਼ਾਹੀਨ ਨੂੰ ਕਿਸੇ ਆਂਨਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ ਇਹ ਘਟਨਾ ਪਾਕਿਸਤਾਨ ਦੇ ਕਸੂਰ ਇਲਾਕੇ ਦੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਖਬਰਾਂ ਅਨੁਸਾਰ ਲਸ਼ਕਰੇ ਤੋਇਬਾ ਦੇ ਭਰਤੀ ਅਬਦੁੱਲਾ ਸ਼ਹੀਨ ਦੀ ਕਾਰ ਟੱਕਰ ਦੇ ਵਿੱਚ ਮੌਤ ਹੋ ਗਈ ਹੈ ਪਾਕਿਸਤਾਨ ਦੇ ਵਿੱਚ ਅਣਪਛਾਤੇ ਲੋਕਾਂ ਵੱਲੋਂ ਮੋਸਟ ਵਾਂਟਡ ਅਤਵਾਦੀਆਂ ਨੂੰ ਲਗਾਤਾਰ ਮਾਰਿਆ ਜਾ ਰਿਹਾ ਹੈ ਹੁਣ ਇਸ ਸੂਚੀ ਦੇ ਵਿੱਚ ਅਬਦੁੱਲਾ ਦਾ ਨਾਮ ਵੀ ਜੁੜ ਗਿਆ ਹੈ 18 ਦਸੰਬਰ ਨੂੰ ਪਾਕਿਸਤਾਨੀ ਅਤਵਾਦੀ ਸੰਗਠਨ ਲਸ਼ਕਰੇ ਤੋਇਬਾ ਦਾ ਅਤਵਾਦੀ ਅਤੇ ਇਸ ਲਈ ਨਵੇਂ ਅਤਵਾਦੀਆਂ ਦੀ ਪਰਤੀ ਕਰਨ ਵਾਲਾ ਹਬੀ ਉੱਲਾ ਮਾਰਿਆ ਗਿਆ ਸੀ ਉਹ ਭੋਲਾ ਖਾਨ ਜਾਂ ਖਾਨ ਬਾਬਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਪਾਕਿਸਤਾਨ ਦੇ ਖੈਬਰ ਪਖਤੂਨਵਾ صوبੇ ਦੇ ਟਾਂਕ ਜ਼ਿਲ੍ਹੇ ਵਿੱਚ ਅਨਪਛਤੇ ਹਮਲਾਵਰਾਂ ਨੇ ਉਸ ਤੇ ਹਮਲਾ ਕੀਤਾ ਹਮਲਾਵਰਾਂ ਨੇ ਹਬੀ ਉੱਲਾ ਨੂੰ ਕਈ ਗੋਲੀਆਂ ਮਾਰੀਆਂ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪਾਕਿਸਤਾਨ ਵਿੱਚ ਪਿਛਲੇ ਕੁਝ ਸਮੇਂ ਤੋਂ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਅਨਪਛਤੇ ਹਮਲਾਵਰਾਂ ਅਤਵਾਦੀਆਂ ਨੂੰ ਚੋਣਵੇਂ ਟੰਗ ਨਾਲ ਮਾਰਿਆ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਹਾਲੀ ਦੇ 2 ਮਹੀਨਿਆਂ ਦੇ ਵਿੱਚ 20 ਤੋਂ ਜ਼ਿਆਦਾ ਹਾਈ ਪ੍ਰੋਫਾਈਲ ਅਤਵਾਦੀ ਮਾਰੇ ਗਏ ਹਨ ਹਾਲੀ ਦੇ ਵਿੱਚ ਅੰਡਰਵਰਡ ਡਾਉਨ ਅਤੇ ਪਾਰਤ ਦੇ ਮੋਸਟ ਵਾਂਟਡ ਅਤਵਾਦੀ ਦਾਉਦ ਇਬਰਾਹਿਮ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਤੋਂ ਮੇਨਸਟ੍ਰੀਮ মিডিਆ ਤੱਕ ਕਈ ਗੱਲਾਂ ਚੱਲ ਰਹੀਆਂ ਹਨ ਖਬਰਾਂ ਆਈਆਂ ਹਨ ਕਿ ਦਾਉਦ ਦੀ ਮੌਤ ਹੋ ਚੁੱਕੀ ਹੈ ਉਸਦੇ ਖਾਣੇ ਦੇ ਵਿੱਚ ਜ਼ਹਿਰ ਮਲਾ ਦਿੱਤਾ ਗਿਆ ਸੀ ਦਾਉਦ ਨੂੰ ਗੰਭੀਰ ਹਾਲਤ ਦੇ ਵਿੱਚ ਕਰਾਚੀ ਦੇ ਇੱਕ ਹਸਪਤਾਲ ਦੇ ਵਿੱਚ ਪਾੜਤੀ ਕਰਵਾਇਆ ਗਿਆ ਸੀ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਇਨ੍ਹਾਂ ਪੋਸਟਾਂ ਤੇ ਪਾਕਿਸਤਾਨ ਸਰਕਾਰ ਵੱਲੋਂ ਅਜੇ ਤੱਕ ਕੋਈ ਬਿਆਨ ਵੀ ਸਾਹਮਣੇ ਨਹੀਂ ਆਇਆ ਹੈ ਜਦਕਿ ਦਾਉਦ ਦੇ ਕਈ ਕਰੀਬੀਆਂ ਨੇ ਇਨ੍ਹਾਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ